ਪੰਜਾਬੀਆਂ ਨਾਲ ਜੁੜੀ ਇਕਨੋਮੀ ਦੀ ਗੱਲ ਕਰ ਲੈਣੇ ਆ ਕਿਉਂਕਿ ਇਹ ਭਾਈ ਸਾਹਿਬ ਨੇ ਬਹੁਤ ਵਧੀਆ ਮੁੱਦਾ ਸ਼ੋਆ ਜੀ ਥੋੜੀ ਜਿਹਾ ਆਪਾਂ ਗੱਲ ਕਰਦੇ ਆ ਜਿਹੜੇ ਸਾਡੇ ਤੋਂ ਪੰਜਾਬ ਨੂੰ ਛੱਡ ਕੇ ਜਾ ਰਹੇ ਜੀ ਜੀ ਕੈਰੀ ਆਨ ਕਰੋ ਮਿੰਟੋ ਜੀ ਫਿਰ ਉਸ ਤੋਂ ਬਾਅਦ ਮੈਂ ਕਮੈਂਟ ਲੈਣਾ ਜੀ ਮੈਨੂੰ ਅੱਜ ਇੱਕ ਮੇਰੇ ਦੋਸਤ ਨੇ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਸੀ ਇੱਥੇ ਇੱਕ ਬਹੁਤ ਵੱਡੀ ਜੋਬ ਤੇ ਜੀ 40 45 ਕਿੱਲੇ ਜ਼ਮੀਨ ਸੀ ਜੀ ਹੁਣ ਅੱਜਕੱਲ ਸਿਕਤਾਈ ਆ ਕਹਿੰਦੇ ਕਿ ਤਹਿਸੀਲਦਾਰ ਤੋਂ ਥੋੜਾ ਜਿਹਾ ਛੋਟਾ ਉਹਦਾ ਸੀਗਾ ਇੱਥੋਂ ਕਰਕੇ ਰਿਜ਼ਾਈਨ ਤੇ ਉਹ ਲਾ ਗਿਆ ਆਪਣੀ ਫਾਈਲ ਤੇ ਨਿਕਲ ਗਿਆ ਜੀ ਚਲੋ ਕੈਨੇਡਾ ਚਲੇ ਗਿਆ ਹੁਣ ਉੱਥੇ ਉਹਨਾਂ ਦਾ ਬੱਚਾ ਛੋਟਾ ਸੀਗਾ ਉਹਨੂੰ ਨਾ ਉਸ ਮਤਲਬ ਕਿ ਉਸ ਟਾਈਮ ਜਿਹੜਾ ਪਲੇ ਵੈਲ ਵਗੈਰਾ ਹੁੰਦੇ ਜੋ ਪਲੇ ਵੇ ਨਾ ਤੋਂ ਉੱਥੇ ਛੱਡਿਆ ਜਾ ਸਕਦਾ ਮਤਲਬ ਕਿ ਦੋਆਂ ਚੋਂ ਇੱਕ ਜੀ ਹੀ ਕਮਾਉ ਜੀ ਉੱਥੇ ਫਿਰ ਗੱਡੀ ਚੜੀ ਆ ਥੋੜੀ ਸਲਿੱਪ ਮਾਰ ਗਈ ਜੀ ਮਤਲਬ ਐਵਰੇਜ ਇਨਕਮ 5000 ਡਾਲਰ ਖਰਚਾ ਜਿਹੜਾ ਤਕਰੀਬਨ ਤਕਰੀਬਨ ਲਾਲੂ ਕਿ ਬਹੁਤ ਜ਼ਿਆਦਾ ਪੂਰੀ ਮਸਾਂ ਜੀ ਤੋਂ ਕਹਿੰਦੇ ਕਿ ਵਾਪਸ ਆ ਰਹੇ ਆ ਮੈਂ ਬੜਾ ਹੈਰਾਨ ਹੋਇਆ ਜੀ ਇੱਕ ਹੋਰ ਆਸਟ੍ਰੇਲੀਆ ਤੋਂ ਪੋਸਟ ਪਾਈ ਬੈਠੇ ਸਨ ਸੱਜਣ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਤੇ ਉਹ ਵੀ ਦੱਸ ਰਹੇ ਸੀਗੇ ਕਿ ਇੱਥੇ ਵੀ ਹਾਲਤ ਇਸੇ ਤਰ੍ਹਾਂ ਦੀ ਹੈ ਜੀ ਮਤਲਬ ਕਿ ਘਰਾਂ ਦੇ ਰੈਂਟ ਜਾਂ ਖੈਲੋਕੇ 인ਫਲੇਸ਼ਨ ਹੋਰ ਵੱਖ-ਵੱਖ ਮਾਮਲਿਆਂ 'ਚ ਤੁਹਾਡੀ ਜੇਬ ਨੂੰ ਇੰਨਾ ਕੱਟਦੀ ਹੈ ਕਿ 5-10% ਨੂੰ ਕੱਢ ਦਿਓ ਜਿਨ੍ਹਾਂ ਦੇ ਬਿਜ਼ਨਸ ਸੈੱਟ ਹੋ ਜਾਂਦੇ ਜਾਂ ਵੱਡੀਆਂ ਚੋਬਾਂ ਨੇ ਬਾਕੀ ਸਾਰੇ ਜਿਹੜੇ ਆ ਉਹ ਐਸ ਵੇਲੇ ਇੱਕ ਤਰ੍ਹਾਂ ਨਾਲ ਕਹਿ ਰਹੇ ਕਿ ਜ਼ਿੰਦਗੀ ਦਾ ਸੰਘਰਸ਼ ਲੜ ਰਹੇ ਨੇ ਇੰਨੀ ਇਨਫਲੇਸ਼ਨ ਹੈ ਜੀ ਦੋ ਦੇਸ਼ਾਂ ਦਾ ਮੈਂ ਪੜ ਕੇ ਬੜਾ ਹੈਰਾਨ ਰਿਹਾ ਕਿਉਂਕਿ ਆਪ ਨੂੰ ਪਤਾ ਨਹੀਂ ਹੈ ਉਹਨਾਂ ਦੇਸ਼ਾਂ 'ਚ ਆਪਾਂ ਯੂਕੇ ਬਾਰੇ ਤਾਂ ਪੜ ਰਹੇ ਹਾਂ ਬਹੁਤ ਰਿਪੋਰਟਾਂ ਆ ਰਹੀਆਂ ਨੇ ਕੇ ਯੂਕੇ ਦੇ ਵਿੱਚ ਕਿਉਂਕਿ ਯੂਰਪੀ ਦੇਸ਼ਾਂ 'ਚ ਬਹੁਤ ਪ੍ਰਭਾਵ ਪਿਆ ਹੈ ਨਾ ਨਾ ਚੀਜ਼ਾਂ ਦਾ ਜੀ ਖਾਸ ਤੌਰ ਤੇ ਰਸ਼ੀਆ ਯੂਕਰੇਨ ਵਾਰਫੇਰ ਤੋਂ ਬਾਅਦ ਤਾਂ ਕਾਫੀ ਜ਼ਿਆਦਾ ਸਥਿਤੀ ਉੱਤੇ ਡਾਮਾ ਡੋਲਿਆ ਹੁਣ ਤੇ ਸਾਇਲੈਂਸ ਕੀਤੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋ ਗਏ ਤੁਸੀਂ ਹਿਸਾਬ ਲਾ ਲਓ ਜਿਹੜੇ ਲੋਕ ਮਰ ਮਿਟਣ ਵਾਸਤੇ ਤਿਆਰ ਸੀ ਮਹਿੰਗਾਈ ਇੰਨੀ ਹੈ ਦਿੱਕਤਾਂ ਇੰਨੀਆਂ ਸਰਦੀ ਆ ਗਈ ਆ ਹੁਣ ਲੋਕ ਉਹਦੇ ਖਿਲਾਫ ਹੋਈ ਆ ਉਧਰੋਂ ਜਿੰ ਜਿਹੜਾ ਹੈਗਾ ਸ਼ੀ ਜਨਪਿੰਗ ਉਹਦੇ ਖਿਲਾਫ ਪ੍ਰਦਰਸ਼ਨ ਹੋ ਰਿਹਾ ਤਾਂ ਕਹਿੰਦਾ ਮਤਲਬ ਇਹ ਆ ਕਿ ਉਨ੍ਹਾਂ ਦੇ ਹਾਲਾਤ ਜਿਹੜੇ ਦੇਖੀ ਅਸੀਂ ਮਹਗਾਈ ਜਿਹੜੀ ਉਹ ਖਰਾਬ ਕਰ ਰਹੀ ਹੈ ਸਾਡੀ ਇਕਨੋਮੀ ਨਹੀਂ ਪੂਰੀ ਦੁਨੀਆ ਚ ਦੇਖੀਏ ਤੇ ਅਸਰ ਹੈ ਅੱਛਾ ਇੱਕ ਕੇਸ ਹੋਰ ਮੈਂ ਦੇਖ ਰਿਆ ਸੀਗਾ ਉਹ ਇੱਕ ਇੰਟਰਵਿਊ ਕਰ ਰਿਹਾ ਇਸਨ ਇਥੋਂ ਆਈਟੀ ਚੋਂ ਗਿਆ ਬੰਦਾ ਜੌਬ ਛੱਡ ਕੇ ਉਹਦਾ ਵੀ ਇਹੀ ਕੇਸ ਸੀਗਾ ਉਹ ਕਹਿੰਦਾ ਕਿ ਜੌਬ ਇੱਥੇ ਆ ਕੇ ਮੈਂ ਲੱਭੀ ਹਾਲਾਂਕਿ ਮੈਂ ਕਾਰ ਨਹੀਂ ਲਈ ਕਿਉਂਕਿ ਮੈਨੂੰ ਨਹੀਂ ਜ਼ਰੂਰਤ ਨਹੀਂ ਪੈਂਦੀ ਵਰਕ ਫਰੋਮ ਹੋਮ ਹੀ ਚੱਲ ਰਿਹਾ ਉਹ ਕਹਿੰਦੇ ਕਿ ਮੇਰਾ ਵੀ ਮਤਲਬ ਕਿ ਬੀਬੀ ਹੈ ਜਿਹੜਾ 2 ਸਾਲ 2 ਸਾਲ ਦਾ ਹੈ ਤਾਂ بیوی ਮੇਰੀ ਕਮਾ ਨਹੀਂ ਸਕਦੀ ਉਹਨੂੰ ਛੱਡ ਕੇ ਮਤਲਬ ਕਿ ਕਿਤੇ ਜਾ ਆ ਨਹੀਂ ਸਕਦੀ ਉਹ ਤਾਂ ਸਾਡੀ ਵੀ ਹਾਲਤ ਜਿਹੜੀ ਹੈ ਉਹ ਇਹੋ ਜੀ ਹੈ ਕਿ ਉੱਥੇ ਚੰਗਾ ਪੈ ਕੇ ਸੀਗਾ ਅਸੀਂ ਇੱਧਰ ਆਏ ਉਸ ਤੋਂ ਬਾਅਦ ਕੀ ਹੈ ਕਿ ਆਮ ਮਤਲਬ ਕਿ ਜਦਾ ਮੁੰਡਾ ਹੀ ਜ਼ਿੰਦਗੀ ਚੋਂਦਾ ਇੱਕ ਸਟਰਗਲਰ ਉਵੇਂ ਹੀ ਅਸੀਂ ਉਹਦੇ 'ਚ ਜਾ ਕੇ ਕਿਤੇ ਨਾ ਕਿਤੇ ਕਹਿ ਲੋ ਕਿ ਮਿਲ ਗਏ ਆ ਉਹਨਾਂ ਨੇ ਵੀ ਇਹੀ ਦੱਸਿਆ ਕਿ ਮੇਰੀ ਐਵਰੇਜ ਜਿਹੜੀ ਹੈ ਉਹ 6000 ਡਾਲਰ ਕਹਿ ਲੋ ਕਿ ਕਮਾਈ ਆ ਤੇ ਜੀ ਦੇ ਚੋਂ 44500 5000 ਉਹ ਚਲੇ ਜਾਂਦਾ ਤਾਂ ਆਹੀ ਲੈ ਦੇ ਕੇ ਬਚਦਾ ਸੋ ਬੜੀਆਂ ਸਮੱਸਿਆਵਾਂ ਨੇ ਇਕਨੋਮੀ ਸਾਰੇ ਦੇਖੀਏ ਤਾਂ ਸਾਰੇ ਸੰਸਾਰ ਦੀ ਐਸ ਵਲੇ ਸਾਡੀ ਤਾਂ ਚਲੋ ਥੋੜੀ ਜੀ ਆਪਾਂ ਕਹਿ ਲਈਏ ਕਿ ਮੰਨ ਲਓ ਜਿਹੜਾ ਕੋਈ 50 60 ਤੱਕ ਵੀ ਚਲੇ ਜਾਂਦਾ ਤੇ ਉਹਦੀ ਜਾਨ ਸੌਖੀ ਹੁੰਦੀ ਮਹਿੰਗਾਈ ਤਾਂ ਵੈਸੇ ਇੱਧਰ ਵੀ ਬਹੁਤ ਡੰਗ ਮਾਰਨ ਢਈ ਆ ਜੀ ਪਰ ਸਾਡੇ ਫੇਰ ਵੀ ਚਲੋ ਹੋ ਜਾਂਦਾ ਤੇ ਮੈਂ ਉਹ ਕਹਿ ਰਿਹਾ ਸੀਗਾ ਕਿ ਦੇਖੋ ਕਿੰਨੀ ਤੇਜ਼ੀ ਦੇ ਨਾਲ ਅਸੀਂ ਇੱਧਰ ਨੂੰ ਵੀ ਤਿਲਕਦੇ ਜਾ ਰਹੇ ਹਾਂ ਜੀ ਕਿ ਸਾਡੀ ਹਾਲਤ 인ਫਲੇਸ਼ਨ ਉਥੇ ਵੀ ਇਹੋ ਜਿਹੀ ਕਰ ਰਹੀ ਹੈ ਕਿ ਇੱਥੋਂ ਬੱਚੇ ਇੱਕ ਤੇ ਆ ਕਿ ਭਾਵੇਂ ਉਹ ਕਹਿ ਲੋ ਕਿ ਅਪਰ ਮਿਡਲ ਕਲਾਸ ਚ ਆ ਜਾਂ ਉਦੋਂ ਵੀ ਕਹਿ ਲੋ ਕਿ ਮਿਡਲ ਕਲਾਸ ਚ ਆ ਹਾਈ ਮਿਡਲ ਕਲਾਸ ਆ ਤਾਂ ਉਹ ਉਥੇ ਜਾ ਕੇ ਲੋਅਰ ਕਲਾਸ ਚ ਕਨਵਰਟ ਹੋ ਰਿਹਾ ਹੈ ਫਿਰ ਕੁਝ ਲੋਕ ਜਿਹੜੇ ਆ ਉਥੇ ਸੰਘਰਸ਼ ਕਰਕੇ ਨਹੀਂ ਪੈਰ ਜਮਾ ਪਾ ਰਹੇ ਇਨਫਲੇਸ਼ਨ ਮਤਲਬ ਕਿ ਉੱਥੇ ਵੀ ਆਰਥਿਕਤਾ ਦਾ ਮੁੱਦਾ ਇੱਥੋਂ ਵੀ ਅਸੀਂ ਆਰਥਿਕ ਕਹ ਲਓ ਕਿ ਕਿਤੇ ਨਾ ਕਿਤੇ ਹਾਲਾਤ ਮਦੇਨਜ਼ਰ ਰੱਖ ਕੇ ਜਾ ਰਹੇ ਆ ਉੱਥੇ ਵੀ ਆਰਥਿਕ ਹਾਲਾਤ ਜਿਹੜੇ ਆ ਉਹ ਸੰਘਰਸ਼ ਕਰਨ ਵਾਸਤੇ ਪੂਰਾ ਮਜਬੂਰ ਕਰ ਰਹੇ ਨੇ ਤਾਂ ਅਸੀਂ ਇਹਨਾਂ ਚੀਜ਼ਾਂ ਤੇ ਕਦੇ ਸੋਚਦੇ ਨਹੀਂ ਮੈਂ ਉਹ ਦੋ ਤਿੰਨ ਮਾਮਲੇ ਸੁਣੇ ਨਾ ਸਵੇਰ ਦੇ ਜ਼ੈਨ ਚਾਹ ਰਿਹਾ ਕਿ ਦੇਖੋ ਕਿੰਨੇ ਸੁਪਨੇ ਹੁੰਦੇ ਅੱਜ ਕੱਲ ਅਸੀਂ ਅਸੀਂ ਤੇ ਆਪਣੇ ਬੱਚਿਆਂ ਨੂੰ ਬੀਐਸਸੀ ਐਮਐਸਸੀ ਪੀਐਚਡੀ ਜੀ ਉਹ ਬੜੇ ਸੀਮਤ ਹੀ ਕਰ ਦਿੱਤੇ ਨੇ ਉਹ ਵੀ ਐਡ ਵਾਲਿਓ ਉਹ ਸੁਪ ਨਹੀਂ ਹੈ ਨਹੀਂ ਕਿ ਉਹ ਤਾਂ ਆਇਲਿਸ ਕਰ ਤੇ ਭੱਜ ਜਾ ਹੁਣ ਇੰਨਾਂ ਚੀਜ਼ਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਗਾਂ ਵੀ ਜਿਹੜੇ ਹਾਲਾਤ ਨੇ ਉਹ ਇਸ ਤਰ੍ਹਾਂ ਨਹੀਂ ਹੈਗੇ ਕਿ ਤੁਸੀਂ ਜਾ ਕੇ ਤੰਗਲੀ ਦੇ ਨਾਲ ਉੱਤੇ ਨੋਟ ਇਕੱਠੇ ਕਰ ਲੋਗੇ ਡਾਲਰ ਇਕੱਠੇ ਕਰ ਲੋਗੇ ਜੀ ਉਹ ਇਕਨੋਮੀ ਦਾ ਜਿਹੜਾ ਮਸਲਾ ਹੈ ਬਹੁਤ ਵੱਡਾ ਮਸਲਾ ਹੈ ਨਾ ਸਿਰਫ ਸਾਡਾ ਕਿ ਜਿਹੜੇ ਸਾਡੇ ਲੋਕ ਬਾਹਰ ਗਏ ਨੇ ਉਹਨਾਂ ਦੇ ਨਾਲ ਵੀ ਇਹ ਮਾਮਲਾ ਜੁੜ ਗਿਆ ਹੈ ਗਾਂ ਜਾ ਕੇ ਖਾਸ ਤੌਰ ਤੇ ਜਿਹੜੇ ਸੰਘਰਸ਼ ਦੇ ਪੀਰੀਅਡ ਦੇ ਵਿੱਚ ਜੀ ਜੀ ਜੀ